ਸਲਾਮ ਨਮਸਕਾਰ ਸਤਿ ਸ੍ਰੀ ਅਕਾਲ। ਮੈਂ ਜਗਤਾਰ ਸਿੰਘ ਪੁਰੀ। ਆਜ ਹਮ ਬਾਤ ਕਰੇਂਗੇ ਕਰਫਿਊ ਕੇ ਬਾਰੇ ਮੇਂ। ਵੋ ਇਸ ਲੀਏ ਕਿ ਜਬ ਕੋਈ ਸ਼ਰਾਰਤੀ ਜਾਂ ਸ਼ਰਾਰਤੀ ਗਰੁੱਪ ਕੋਈ ਗੜਬੜ ਕਰਤਾ ਹੈ ਤੋ ਸਰਕਾਰੇ ਜੋ ਹੈ ਵੋ ਕਰਫਿਊ ਲਗਾਉਣੇ ਕੇ ਲੀਏ ਮਜਬੂਰ ਹੋ ਜਾਤੀ ਹੈ ਉਸ ਏਰੀਏ ਮੇਂ। ਤੋ ਜੋ ਜਹਾਂ ਕਰਫਿਊ ਲਗਤਾ ਹੈ ਵਹਾਂ ਤੋ ਲੋਕੋ ਕੋ ਪਤਾ ਹੋਤਾ ਹੈ ਕਿ ਦੁੱਖ ਦਰਦ ਕਿਆ ਹੈ। ਲੇਕਿਨ ਜਹਾਂ ਕਰਫਿਊ ਨਹੀਂ ਹੋਤਾ, ਜਿਨ੍ਹਾਂ ਨੇ ਕਭੀ ਕਰਫਿਊ ਕਾ ਦੇਖਾ ਹੀ ਨਹੀਂ ਹਾਲ ਕਿਆ ਹੋਤਾ ਹੈ, ਉਨ ਲੋਕੋ ਕੋ ਕਿਆ ਪਤਾ। ਕੌਣ ਜਾਣੇ ਪੀਰ ਪਰਾਈ, ਉਨਕੋ ਕਿਆ ਪਤਾ ਕਰਫਿਊ ਕਿਆ ਕਿਆ ਹਰ ਹੋਤਾ ਹੈ, ਕਿਆ ਦਿੱਕਤੇ ਹੋਤੀ ਹੈ, ਕਿਆ ਤਕਲੀਫਾਂ ਹੋਤੀ ਹੈ ਉਸ ਟਾਈਮ। ਲੇਕਿਨ ਅਬ ਯੇ ਜੋ ਕਰੋਨਾ ਕੀ ਵਜ੍ਹਾ ਸੇ ਹਾਲਾਤ ਬਣੇ ਹੋਏ ਹੈ, ਲਾਕਡਾਊਨ ਚੱਲ ਰਿਹਾ ਹੈ ਜਾਂ ਕਰਫਿਊ ਜੈਸੀ ਹਾਲਤ ਹੈ, ਆਪਣੀ ਮਰਜ਼ੀ ਸੇ ਵੋ ਤੋ ਸਰਕਾਰੇ ਮਜਬੂਰ ਹੋ ਕੇ ਲਗਾਤੀ ਹੈ। ਕੋਈ ਸਰਕਾਰ ਵੀ ਐਸਾ ਨਹੀਂ ਚਾਹਤੀ ਕਿ ਵੋ ਕਰਫਿਊ ਕਹੀਂ ਲਗਾਏ। ਲੇਕਿਨ ਉਨਕੋ ਜਬ ਕੋਈ ਗੜਬੜ ਕਰਤਾ ਹੈ, ਕੋਈ ਹੰਗਾਮੇ ਕਰ ਦਿੱਤਾ ਹੈ ਤੋ ਵਹਾਂ ਪੇ ਅਸ਼ਾਂਤੀ ਕੋ ਠੀਕ ਕਰਨੇ ਕੇ ਲੀਏ ਲਗਾਉਣੇ ਪੜਤੇ ਹੈ। ਲੇਕਿਨ ਅਬ ਸਾਰੀ ਦੁਨੀਆ ਹੀ ਇੱਕ ਕਿਸਮ ਕਾ ਕਰਫਿਊ ਮੈਂ ਕੁਛ ਦਿਨ ਕੇ ਲੀਏ ਜੀਵਨ ਬਤੀਤ ਕਰ ਰਹੀ ਹੈ। ਤੋ ਯਹਾਂ ਸੇ ਸਿੱਖਣਾ ਹੈ ਹਮਨੇ, ਜੋ ਸ਼ਰਾਰਤੀ ਲੋਕ ਸ਼ਰਾਰਤਾਂ ਕਰਕੇ ਗਰੁੱਪ ਬਣਾ ਕੇ ਸ਼ਰਾਰਤਾਂ ਕਰਕੇ ਆਪ ਤੋਂ ਅੱਗੇ ਪਿੱਛੇ ਹੋ ਜਾਂਦੇ ਹੈ, ਲੇਕਿਨ ਆਮ ਪਬਲਿਕ ਕੋ ਜੋ ਹੈ ਵੋ ਦਿੱਕਤਦਾਰੀ ਕਿਆ ਹੋਤੀ ਹੈ, ਵੋ ਹਮਨੇ ਅਬ ਸਮਝਣਾ ਹੈ। ਦੂਸਰੇ ਕਾ ਦਰਦ ਹਮਨੇ ਅਬ ਸਮਝਣਾ ਹੈ, ਜਹਾਂ ਕਰਫਿਊ ਲੱਗ ਜਾਤਾ ਹੈ ਵਹਾਂ ਕੇ ਹਾਲਾਤ ਕੈਸੇ ਹੋਤੇ ਹੈ ਔਰ ਵਹਾਂ ਕਿਆ ਤਕਲੀਫਾਂ ਹੋਤੀ ਹੈ ਪਬਲਿਕ ਕੋ। ਯੇ ਆਜ ਹਮੇ ਆਪਣੀ ਤੋ ਹਮਨੇ ਚੌਕਸੀ ਹੈ ਕਰੋਨਾ ਕੇ ਅਗੇਂਸਟ ਰੱਖਣੀ ਹੈ, ਲੇਕਿਨ ਹਮਨੇ ਸਿੱਖਣਾ ਵੀ ਹੈ ਕਿ ਜੋ ਸ਼ਰਾਰਤੀ ਗਰੁੱਪ ਜਿਨਕੇ ਪਿੱਛੇ ਹਮ ਅੰਧਾ ਧੁੰਦ ਲੱਗ ਜਾਤੇ ਹੈ, ਚਾਹੇ ਉਹ ਧਾਰਮਿਕ ਹੈ, ਸਮਾਜਿਕ ਹੈ, ਕੈਸੇ ਵੀ ਗਰੁੱਪ ਹੈ, ਸ਼ਰਾਰਤੀ ਗਰੁੱਪ ਚਾਹੇ ਪੋਲੀਟਿਕਸ ਕੇ ਗਰੁੱਪ ਹੈ ਵੋ, ਤੋ ਹਮ ਉਨਕੇ ਪਿੱਛੇ ਲੱਗ ਕੇ ਗੜਬੜ ਕਰਤੇ ਹੈ, ਸਰਕਾਰਾਂ ਕੋ ਮਜਬੂਰ ਹੋ ਕੇ ਵਹਾਂ ਪੇ ਅਸ਼ਾਂਤੀ ਕੋ ਭੰਗ ਕਰਨੇ ਕੇ ਜੋ ਪ੍ਰਯਾਸ ਹੋਤੇ ਹੈ, ਉਨਕੋ ਦਬਾਉਣੇ ਕੇ ਲੀਏ ਕਰਫਿਊ ਲਗਾਉਣਾ ਪੜਤਾ ਮਜਬੂਰੀ ਮੇਂ। ਔਰ ਤਕਲੀਫ ਤੋ ਉਨਕੋ ਹੋਤੀ ਹੈ ਜੋ ਵਹਾਂ ਹੋਤੇ ਹੈ। ਲੇਕਿਨ ਅਬ ਹਮੇ ਮਹਿਸੂਸ ਕਰਨੇ ਕੀ ਜ਼ਰੂਰਤ ਹੈ ਕਿ ਹਮ ਘਰੋਂ ਮੇਂ ਹੈ, ਸਿਰਫ ਆਪਣੀ ਹਿਫਾਜ਼ਤ ਕੇ ਲੀਏ ਹੈ। ਸਰਕਾਰ ਨੇ ਤੋ ਆਦੇਸ਼ ਦਿਆ ਹੈ, ਹਫਾਜ਼ ਤੋ ਹਮਾਰੀ ਆਪਣੀ ਹੈ, ਮੈਂ ਸਰਕਾਰ ਪੇ ਕੋਈ ਆਸਾਨ ਨਹੀਂ ਕਰ ਰਹੇ ਇਸ ਬਾਤ ਕਾ। ਤੋ ਯੇ ਹਮਾਰਾ ਆਪਣਾ ਕਾਮ ਹੈ, ਹਮਾਰੀ ਆਪਣੀ ਸੇਫਟੀ ਹੈ, ਹਮਾਰੀ ਆਪਣੀ ਜ਼ਿੰਦਗੀ ਕਾ ਸਵਾਲ ਹੈ। ਕੋਈ ਵੀ ਸਰਕਾਰ ਕਭੀ ਵੀ ਵੋ ਆਪਣੇ ਨਾਗਰਿਕੋਂ ਕਾ ਬੁਰਾ ਨਹੀਂ ਚਾਹਤੀ, ਵੋ ਤੋ ਚਾਹਤੀ ਹੈ ਆਪਣੇ ਨਾਗਰਿਕੋਂ ਕੋ ਸੁੱਖ ਸੁਵਿਧਾ ਦੇਣਾ, ਸਮਰਿੱਧੀ ਦੇਣਾ ਉਨਕੀ, ਔਰ ਹਰ ਤਰ੍ਹਾਂ ਸੇ ਉਨਕਾ ਖਿਆਲ ਰੱਖਣਾ। ਤੋ ਯੇ ਹਰ ਸਰਕਾਰ ਕਰਤੀ ਹੈ। ਲੇਕਿਨ ਕੁਛ ਬੇਵਕੂਫ ਲੋਕ ਜੋ ਹੋਤੇ ਹੈ, ਵੋ ਸ਼ਰਾਰਤੀ ਲੋਕ, ਵੋ ਸ਼ਰਾਰਤ ਕਰਤੇ ਹੈ ਗਰੁੱਪ ਬਣਾ ਕੇ, ਚਾਹੇ ਵੋ ਧਾਰਮਿਕ ਹੈ, ਸਿਆਸੀ ਹੈ, ਸਮਾਜਿਕ ਹੈ, ਕੈਸੇ ਵੀ ਗਰੁੱਪ ਹੈ, ਵੋ ਸ਼ਰਾਰਤੀ ਗਰੁੱਪ ਹੈ, ਵੋ ਸ਼ਰਾਰਤਾਂ ਕਰਕੇ ਤੋ ਗੌਰਮੈਂਟ ਕੋ ਫਿਰ ਮਜਬੂਰ ਹੋਣਾ ਪੜਤਾ ਹੈ ਕਰਫਿਊ ਲਗਾਉਣ ਕੇ ਲੀਏ। ਤੋ ਕਰਫਿਊ ਕਾ ਮਜ਼ਾ ਦੇਖ ਲੀਜੀ ਅਭੀ ਆਪ, ਜਹਾਂ ਕਰਫਿਊ ਲਗਤੇ ਹੈ, ਜਹਾਂ ਮਹੀਨੋ ਮਹੀਨੋ ਕਰਫਿਊ ਰਹਿਤਾ ਹੈ, ਉਨ ਲੋਕੋਂ ਕੀ ਕਿਆ ਹਾਲਤ ਹੋਤੀ ਹੋਗੀ। ਆਪ 5-10 ਦਿਨ ਮੈਂ ਆਪਣੀ ਸਿਹਤ ਕੇ ਲੀਏ, ਆਪਣੀ ਜਾਨ ਕੇ ਲੀਏ ਆਪ ਕਰਫਿਊ ਮੇਂ ਬੈਠੇ ਹੈ, ਆਪਣੇ ਆਪ ਹੀ ਬੈਠੇ ਹੈ, ਆਪਣੇ ਸੈਲਫ ਕਰਫਿਊ ਲਗਾ ਰੱਖਾ ਆਪਣੇ, ਤੋ ਆਪਣੀ ਜਾਨ ਕੇ ਲੀਏ ਹੈ ਹਮੇ, ਹਮ ਸਰਕਾਰਾਂ ਪੇ ਜਾਂ ਕਿਸੀ ਪੇ ਹਮੇ ਅਹਿਸਾਨ ਨਹੀਂ ਕਰ ਰਹੇ, ਹਮ ਤਾਂ ਆਪਣੀ ਜਾਨ ਬਚਾ ਰਹੇ ਹਾਂ। ਲੇਕਿਨ ਫਿਰ ਵੀ ਆਪਕੋ ਕਿਆ ਤਕਲੀਫਾਂ ਹੋਤੀ ਹੈ, ਇਹ ਅਨੁਭਵ ਹੋਣਾ ਚਾਹੀਏ। ਔਰ ਆਓ ਆਗੇ ਕੇ ਲੀਏ, ਜੋ ਸ਼ਰਾਰਤੀ ਲੋਕ ਜੋ ਹੰਗਾਮੇ ਐਸੇ ਮਚਾ ਦਿੱਤੇ ਹੈ ਫਾਲਤੂ ਮੇਂ, ਸਰਕਾਰਾਂ ਕੋ ਕਰਫਿਊ ਲਗਾਉਣਾ ਪੜਤਾ ਮਜਬੂਰਨ, ਉਨਕਾ ਹਮ ਸਹਿਯੋਗ ਨਾ ਕਰੇ। ਆਓ ਸਿੱਖੇ ਇਸ ਕਰਫਿਊ ਸੇ ਕਿ ਕਰਫਿਊ ਮੇਂ ਕਿਆ ਹੋਤਾ ਹੈ, ਆਈਏ ਸਿੱਖੀਏ। ਧੰਨਵਾਦ।